ਇਹ ਇੱਕੋ ਇੱਕ ਜੇ ਜਿਹੜਾ ਦੁਨੀਆ ਦੇ ਵਿੱਚ ਇਹਦੇ ਰਿਕਾਰਡ ਜੇ ਜਿੰਨੀਆਂ ਬਿਮਾਰੀਆਂ ਸੋਚ ਸਕਦੇ ਹੋ ਕਿਸੇ ਚ ਘੱਟ ਕਿਸੇ ਚ ਵੱਧ ਇਹਨੇ ਫਾਇਦਾ ਦੇਣਾ ਹੀ ਦੇਣਾ ਹੈ। ਇਹ ਇੱਕ ਤਰੀਕੇ ਬਿਹਤਰੀਨ ਖੁਰਾਕ ਮੰਨੀ ਗਈ ਜੇ ਜਿੱਥੋਂ ਤੱਕ ਅਸੀਂ ਗੱਲ ਕਰੀਏ ਰੀਪ੍ਰੋਡਕਟਿਵ ਹੈਲਥ ਲਈ ਜਾਂ ਮਰਦਾਨਾ ਤਾਕਤ ਲਈ। ਜਿੱਥੋਂ ਤੱਕ ਇਹ ਸੈਕਸੁਅਲ ਹੈਲਥ ਲਈ ਜਾਂ ਰੀਪ੍ਰੋਡਕਟਿਵ ਹੈਲਥ ਲਈ ਇਹ ਮਰਦਾਨੀ ਕਮਜ਼ੋਰੀ ਲਈ ਸੁਪਰ ਫੂਡ ਮੰਨਿਆ ਗਿਆ। ਸਿਰਫ ਦੋ ਸੁੱਕੀਆਂ ਜੇ ਅੰਜੀਰਾਂ ਮੂੰਹ ਚ ਪਾ ਕੇ ਉਸ ਵੇਲੇ ਜੂਸ ਲੈਂਦੇ ਹੋ ਜਾਂ ਖਾ ਲੈਂਦੇ ਹੋ ਤੇ ਇਹਦੇ ਨਾਲ ਤੁਹਾਨੂੰ 95 ਕੈਲਰੀਆਂ ਯਾਨੀ ਇੰਸਟੈਂਟ ਐਨਰਜੀ ਤੁਹਾਨੂੰ ਉਹਦੇ ਨਾਲ ਮਿਲ ਜਾਂਦੀ ਹੈ। ਇੰਜੀ ਭਾਰ ਜਿਸਨੇ ਕਾਬੂ ਚ ਕਰਨਾ ਹੋਵੇ ਤਾਂ ਉਹ ਕਿਉਂਕਿ ਇਹਦੇ ਚ ਫਾਈਬਰ ਕਾਫੀ ਤਗੜਾ ਉਹ ਵੀ ਇਸੇ ਤਰ੍ਹਾਂ ਰਾਤ ਨੂੰ 3 ਅੰਜੀਰ ਭਿਓ ਕੇ ਤੇ ਸਵੇਰੇ ਉਹ ਤੁਸੀਂ ਪਾਣੀ ਵੀ ਪੀ ਲਓ ਅੰਜੀਰ ਵੀ ਖਾ ਲਓ। ਜਿੰਨੀਆਂ ਹੁਣ ਤੱਕ ਦੀਆਂ ਲੱਭੀਆਂ ਨੇ ਸਭ ਤੋਂ ਵੱਧ ਦਿਲ ਨੂੰ ਸਿਹਤਮੰਦ ਕਰਨ ਲਈ ਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਤੇ ਖਾਸ ਤੌਰ ਤੇ ਸ਼ੱਕਰ ਰੋਗੀਆਂ ਲਈ। ਭਿਉਣ ਦਾ ਮਕਸਦ ਇਹੋ ਹੈ ਕਿ ਇਹਦੇ ਪੂਰੇ ਤੱਤ ਜਿਹੜੇ ਨੇ ਉਹ ਇਹਦਾ ਫਾਈਬਰ ਵਿਚਲਾ ਨਰਮ ਹੋ ਜਾਏ ਤੇ ਉਹ ਹਜ਼ਮ ਹੋ ਸਕਣ, ਨਹੀਂ ਅਦਰਵਾਈਜ਼ ਤੁਸੀਂ ਇੰਜੀ ਖਾਂਦੇ ਹੋ ਤਾਂ ਉਹਦੇ 50% ਤੱਤ ਬਾਹਰ ਚਲੇ ਜਾਂਦੇ ਨੇ, ਸਰੀਰ ਨੂੰ ਲੱਗਦੇ ਨਹੀਂ। ਮਨ ਤੰਦਰੁਸਤ ਤਾਂ ਤਨ ਵੀ ਤੰਦਰੁਸਤ। ਅਸੀਂ ਗੰਦਗੀ ਖਾਣ ਤੋਂ ਹਟ ਜਾਈਏ, ਬਿਮਾਰੀਆਂ ਹੀ ਨਹੀਂ ਹੋਣਗੀਆਂ। ਸਮੁੱਚੀ ਮਾਨਵਤਾ ਲਈ ਤੰਦਰੁਸਤ ਰਹੋ, ਹੱਸਦੇ ਰਹੋ, ਵੱਸਦੇ ਰਹੋ ਤੇ ਖੇੜੇ ਵੰਡੋ। ਸਤਿ ਸ੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ ਦੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਨਾਲ। ਮੈਂ ਤੁਹਾਡੇ ਸਾਹਮਣੇ ਹਰਸ਼ਰਨ ਕੌਰ ਅਤੇ ਸਾਡੇ ਬਹੁਤ ਹੀ ਪਿਆਰੇ ਤੇ ਖਾਸ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜਨ ਵਾਲੇ ਨੇ ਤੇ ਅੱਜ ਅਸੀਂ ਇੱਕ ਉਸ ਪਦਾਰਥ ਦੀ ਗੱਲ ਕਰਾਂਗੇ ਜਿਹਦੇ ਬਾਰੇ ਆਮ ਤੌਰ ਤੇ ਆਪਾਂ ਸੁਣਦੇ ਹਾਂ ਕਿ ਠੰਡ ਦੇ ਵਿੱਚ ਖਾਈਦਾ, ਇਹਦੀ ਤਾਸੀਰ ਗਰਮ ਹੁੰਦੀ ਹੈ, ਪਰ ਅਸੀਂ ਗਰਮੀਆਂ ਦੇ ਵਿੱਚ ਇਸ ਪਦਾਰਥ ਤੇ ਕਿਉਂ ਚਰਚਾ ਕਰ ਰਹੇ ਹਾਂ ਇਹ ਤੁਸੀਂ ਵੀ ਜ਼ਰੂਰ ਸੋਚੋਗੇ, ਪਰ ਆਪਾਂ ਸਾਰੇ ਸਵਾਲ ਨੇ ਜਿਹੜੇ ਉਹ ਡਾਕਟਰ ਹਰਸ਼ਿੰਦਰ ਕੌਰ ਤੋਂ ਲਵਾਂਗੇ। ਸੋ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਖਾਲਸ ਖਾਣਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਠੀਕ ਠਾਕ। ਹਰਸ਼ਰਨ ਜੀ, ਅੱਜ ਪ੍ਰੋਗਰਾਮ ਜਿਸ ਦੇ ਉੱਤੇ ਅਸੀਂ ਕਰਨਾ ਜੇ ਉਹਨੂੰ ਕਹਿੰਦੇ ਨੇ ਸਵਰਗਾਂ ਦਾ ਫਲ, ਕੀ ਬਾਤ ਹੈ। ਉਹਦੇ ਉੱਤੇ ਗੱਲ ਕਰਾਂਗੇ ਤੇ ਹਮੇਸ਼ਾ ਦੀ ਤਰ੍ਹਾਂ ਇੱਕ ਬੇਨਤੀ ਕਰਦੇ ਹਾਂ। ਅਸੀਂ ਨਾ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ, ਮੇਰਾ ਖਿਆਲ ਹੈ ਜਦੋਂ ਤੋਂ ਵੀ ਸ਼ੁਰੂ ਕੀਤਾ ਇੰਨੇ ਸਾਲਾਂ ਤੋਂ, ਇੱਕੋ ਹੀ ਲਫ਼ਜ਼ ਵਰਤਦੇ ਰਹੇ ਹਾਂ, ਖੋਜਾਂ ਉੱਤੇ ਆਧਾਰਿਤ। ਬਿਲਕੁਲ ਹੈ, ਬਿਲਕੁਲ ਹੈ। ਉਹਦੇ ਵਿੱਚੋਂ ਅਸੀਂ ਸਪਸ਼ਟ ਰੂਪ ਵਿੱਚ, ਮੈਂ ਕਈ ਵਾਰ ਇਹੋ ਜਿਹੀ ਗੱਲ ਕਰਦੀ ਹਾਂ ਵੀ ਆਹ ਤੱਥ ਜਿਹੜੇ ਲਿਖੇ ਮਿਲਦੇ ਨੇ ਨੈੱਟ ਤੇ ਇਹ ਗਲਤ ਨੇ, ਇਹਦੇ ਤੇ ਖੋਜ ਨਹੀਂ ਹੋਈ। ਤੇ ਜਦੋਂ ਤੁਸੀਂ ਪੁੱਛਦੇ ਹੋ ਕੀ ਤੱਥ ਹੈ, ਜਦੋਂ ਮੈਂ ਦੱਸਦੀ ਹਾਂ ਵੀ ਇਹ ਤੱਥ ਹੈਗਾ ਕਿ ਇਹ ਸਬਜ਼ੀ ਇਸ ਚੀਜ਼ ਲਈ ਵਰਤੀ ਜਾਂਦੀ ਹੈ, ਉਹ ਲੋਕ ਓਨਾ ਕੁ ਕੱਟ ਕੇ ਜਦੋਂ ਉਹ ਸਾਰਾ ਕੁਛ ਅੱਗੇ ਘੁਮਾ ਦਿੰਦੇ ਨੇ ਟਿਕਟੋਕ ਰਾਹੀਂ ਜਾਂ ਨਿੱਕੀ ਜਿਹੀ ਉਸ ਚੀਜ਼ ਰਾਹੀਂ, ਤੇ ਉਹ ਗਲਤ ਇਨਫੋਰਮੇਸ਼ਨ ਜਾਂਦੀ ਜੇ। ਸੋ ਬੇਨਤੀ ਹੈ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ, ਕਿਰਪਾ ਕਰਕੇ ਉਹ ਟਿਕਟੋਕ ਦੀ ਥਾਂ ਤੇ ਪੂਰਾ ਪ੍ਰੋਗਰਾਮ ਸੁਣ ਲਿਆ ਕਰੋ, ਜਿਸ ਚ ਅਸੀਂ ਸਗੋਂ ਉਹਨੂੰ ਨਾ ਕੀਤੀ ਹੁੰਦੀ ਹੈ ਨਹੀਂ ਵਰਤਣਾ। ਬਿਲਕੁਲ ਬਿਲਕੁਲ, ਉਹ ਟਿਕਟੋਕ ਤੇ 10 ਮਿੰਟਾਂ ਦੀ ਵੀਡੀਓ ਵੀ ਇੱਦਾਂ ਵਾਇਰਲ ਹੋ ਜਾਂਦੀ ਹੈ ਕਿ ਗਲਤ ਹੀ ਮਤਲਬ ਨਿਕਲ ਜਾਂਦੀ। ਸੋ ਪੂਰਾ ਸਿਹਤ ਨੂੰ ਲੈ ਕੇ ਤਾਂ ਖਾਸ ਤੌਰ ਤੇ ਮੈਂ ਵੀ ਬੇਨਤੀ ਕਰੂੰਗੀ ਕਿ ਪੂਰੇ ਪ੍ਰੋਗਰਾਮ ਦੀ ਜੜ ਜਿੱਥੇ ਹੈ, ਜਿੱਥੇ ਰੂਟ ਹੈ, ਉੱਥੇ ਜ਼ਰੂਰ ਜਾਇਆ ਕਰੋ ਕਿ ਪ੍ਰੋਗਰਾਮ ਦੇ ਵਿੱਚ ਦੱਸਿਆ ਕੀ ਗਿਆ ਐਕਚੁਅਲ ਦੇ ਵਿੱਚ। ਤੇ ਜਿਹੜੇ ਲੋਕ ਇਹੋ ਜਿਹਾ ਕੁਛ ਕਰਦੇ ਨੇ ਉਹ ਮੈਨੂੰ ਲੱਗਦਾ ਕਿ ਸਿਹਤ ਨਾਲ ਖਿਲਵਾੜ ਉਹ ਖੁਦ ਹੀ ਕਰੀ ਜਾਂਦੇ ਨੇ ਲੋਕਾਂ ਦੀ ਸਿਹਤ ਦੇ ਨਾਲ, ਕਿਉਂਕਿ ਅੱਧੀ ਅਧੂਰੀ ਚੀਜ਼ ਜਦੋਂ ਅਸੀਂ ਸੁਣਾਂਗੇ ਉਹਨੂੰ ਫੋਲੋ ਕਰਾਂਗੇ ਤੇ ਉਹ ਓਬਵੀਅਸਲੀ ਸਾਡੇ ਲਈ ਠੀਕ ਨਹੀਂ ਹੁੰਦੀ। ਬਿਲਕੁਲ, ਮੈਂ ਸਗੋਂ ਉਹਨੂੰ ਨਾ ਕੀਤੀ ਹੁੰਦੀ ਹੈ ਵੀ ਇਹ ਚੀਜ਼ ਬਿਲਕੁਲ ਨਹੀਂ ਕਰਨੀ। ਜਦੋਂ ਪੁੱਛਿਆ ਜਾਂਦਾ ਕਿਹੜੀ, ਉਹ ਦੱਸਿਆ ਜਾਂਦਾ ਵੀ ਆਹ, ਤੇ ਉਹ ਸਗੋਂ ਲੋਕ ਉਹਨਾਂ ਕੱਢ ਕੇ ਕਹੀ ਜਾ ਰਹੇ ਨੇ ਕਿ ਕਰੋ, ਇਹ ਹਰਸ਼ਿੰਦਰ ਕੌਰ ਕਹਿ ਰਹੀ ਹੈ ਕਰੋ, ਜਦਕਿ ਮੈਂ ਉਸਨੂੰ ਪਹਿਲੀ ਲਾਈਨ ਚ ਨਾ ਕੀਤੀ ਹੁੰਦੀ ਹੈ। ਸੋ ਬੇਨਤੀ ਹੈ, ਬਿਲਕੁਲ ਇੰਜੀ ਤੁਸੀਂ ਹੈਰਾਨ ਹੋ ਗਏ ਹਰਸ਼ਰਨ ਜੀ ਕਿ ਮੈਂ ਗੱਲ ਕੀਤੀ, ਮੇਰੇ ਕੋਲ ਇੱਕ ਔਰਤ ਆਈ ਜਿਸਨੇ ਆ ਕੇ ਆਪਣਾ ਰੋਣਾ ਰੋਇਆ ਕਿ ਮੇਰਾ ਪੁੱਤਰ ਸ਼ਰਾਬ ਵਿੱਚ ਜਾਂ ਨਸ਼ੇ ਵਿੱਚ ਗਲਤਾਨ ਹੈ, ਤੇ ਅੱਜ ਮੈਂ ਉਹਨੂੰ ਇਹ ਸੋ ਕਹਿੰਦੀ ਹਾਂ ਵੀ ਉਹ ਮਾਰੀ ਜਾਵੇ ਰੋਜ਼ ਰੋਜ਼ ਤਿਲ ਮਰਨ ਨਾਲੋਂ। ਹੁਣ ਇੰਨੀ ਕੁ ਟਿਕਟੋਕ ਕੱਢ ਕੇ ਉਹ, ਮੈਨੂੰ ਲੱਗਦਾ ਹਜ਼ਾਰਾਂ ਫੋਨ ਮੈਨੂੰ ਆਏ ਕਿ ਤੁਹਾਡਾ ਪੁੱਤਰ ਇੱਦਾਂ ਨਸ਼ੇ 'ਚ ਹੋ ਗਿਆ। ਮੈਂ ਬਿਲਕੁਲ ਸ਼ੋਅ ਕੀਤਾ ਗਿਆ, ਗਲਤ ਚੀਜ਼ ਟਿਕਟੋਕ ਰਾਹੀਂ ਕੱਢ ਦਿੰਦੇ ਨੇ, ਪਰ ਉਹਦੇ ਰਾਹੀਂ ਜਿਵੇਂ
ਧੰਨਵਾਦ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਫਿਕਰ ਜ਼ਾਹਰ ਕੀਤਾ, ਤੇ ਧੰਨਵਾਦ ਇਸ ਚੀਜ਼ ਲਈ ਵੀ ਕਿਉਂਕਿ ਜਿਨ੍ਹਾਂ ਨੇ ਆਪਣੇ ਮਨ ਅੰਦਰਲੀ ਗੰਦਗੀ ਕੱਢਣੀ ਸੀ ਉਹਨਾਂ ਨੇ ਬੜੀ ਖੁਸ਼ੀ ਵੀ ਜ਼ਾਹਰ ਕੀਤੀ। ਚਲੋ ਅੱਛੀ ਗੱਲ ਹੈ, ਪਰ ਰੱਬ ਸਭ ਦਾ ਭਲਾ ਹੀ ਕਰੇ, ਅਸੀਂ ਇਹੋ ਮੰਗਦੇ ਹਾਂ। ਖੈਰ ਅੱਜ ਗੱਲ ਕਰਦੇ ਹਾਂ, ਜਿੰਨੇ ਕੁ ਸਵਾਲ ਸਾਰਿਆਂ ਦੇ ਹੋਣਗੇ, ਕਿਉਂਕਿ ਕਈ ਤਾਂ ਭੈਣਾਂ ਇੱਥੇ ਤੱਕ ਕਹਿ ਜਾਂਦੀਆਂ ਨੇ ਪ੍ਰੋਗਰਾਮ ਸੁਣਨ ਦਾ ਟਾਈਮ ਨਹੀਂ, ਤੁਸੀਂ ਥੋੜਾ ਜਿਹਾ ਅਸੀਂ ਸੁਣਿਆ, ਬਾਕੀ ਵੈਸੇ ਹੀ ਲਿਖਾ ਦਿਓ। ਉਹਨਾਂ ਅੱਗੇ ਵੀ ਬੇਨਤੀ ਹੈ, ਕਿਰਪਾ ਕਰਕੇ ਪ੍ਰੋਗਰਾਮ ਸੁਣ ਲਿਆ ਕਰੋ। ਉਹਦੇ ਵਿੱਚ ਬਿਲਕੁਲ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਈ ਵਾਰ ਤੁਸੀਂ ਇੰਨੀ ਇੱਕ ਅੱਧੇ ਮਿੰਟ ਦੀ ਗੱਲ ਨਾਲੋਂ 22 ਮਿੰਟ ਵਿੱਚ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕੋਗੇ। ਹਾਂਜੀ ਸੋ ਇਹ ਬਿਲਕੁਲ, ਜਿਹੜਾ ਫਲ ਜਿਹਨੂੰ ਸਵਰਗਾਂ ਦਾ ਫਲ ਕਿਹਾ ਜਾਣਾ, ਉਹਦਾ ਨਾਮ ਪਹਿਲਾਂ ਤੁਸੀਂ ਦੱਸੋ। ਉਹਦਾ ਨਾਮ ਜੇ ਅੰਜੀਰ, ਜੀ ਕੁਰਾਨ ਵਿੱਚ ਵੀ ਇਹਦਾ ਜ਼ਿਕਰ ਮਿਲਦਾ। ਜੇ ਵੀ ਸੌਂ ਲੈਣ ਲੱਗਿਆ ਇਹੋ ਕਿਹਾ ਵੀ ਬਾਏ ਦੀ ਫਿਗ, ਯਾਨੀ ਕਿਹਾ ਲਿਖਿਆ ਵੀ ਸੌਂ ਜੇ ਇਹਦੀ ਅੰਜੀਰ ਦੀ। ਮੇਰਾ ਮਤਲਬ ਸਿਰਫ ਹੁਣ ਤੱਕ ਆਪਾਂ ਜਿੰਨੇ ਵੀ ਪ੍ਰੋਗਰਾਮ ਕਰ ਚੁੱਕੇ ਹਾਂ, ਜਿੰਨੇ ਵੀ ਉਹਨਾਂ ਵਿੱਚੋਂ ਇਹ ਸਭ ਤੋਂ ਚੋਟੀ ਦੇ ਉੱਤੇ ਰੱਖਿਆ ਗਿਆ। ਜੇ ਜਦੋਂ ਅਸੀਂ ਇਹਦੇ ਫਾਇਦਿਆਂ ਵੱਲ ਜਾਵਾਂਗੇ, ਤੇ ਜਦੋਂ ਇਹ ਇੱਕੋ ਇੱਕ ਜੇ ਜਿਹੜਾ ਦੁਨੀਆਂ ਦੇ ਵਿੱਚ ਇਹਦੇ ਰਿਕਾਰਡ ਜੇ ਜਦੋਂ ਸਭ ਤੋਂ ਪਹਿਲਾਂ ਕੋਈ, ਜੇ ਆਪਾਂ ਇਤਿਹਾਸ ਵਿੱਚ ਝਾਤ ਮਾਰੋਗੇ ਕਿ 5000 ਸਾਲ ਪਹਿਲਾਂ ਈਸਾ ਮਸੀਹ ਤੋਂ ਵੀ ਖੁਦਾਈ ਦੌਰਾਨ ਜੋ ਪੁਰਾਣੇ ਰੋਮ ਵਿੱਚ ਪੁਰਾਣੇ ਸਮੇਂ ਲੱਭਿਆ ਗਿਆ, ਇਹੀ ਇੱਕ ਦਰਖਤ ਸੀ ਜਿਹੜਾ ਉਹਨਾਂ ਸਮਿਆਂ ਵੀ ਬੀਜਿਆ ਗਿਆ, ਤੇ ਇਹਦੀਆਂ ਉਦੋਂ ਵੀ 29 ਕਿਸਮਾਂ ਸਨ ਜੀ। ਹੁਣ ਇਹਦੇ ਬਾਰੇ ਇਹ ਵੀ ਜ਼ਿਕਰ ਮਿਲਦਾ ਕਿ ਕੋਈ ਵੀ ਹੋਰ ਅੰਨ ਜਾਂ ਕੋਈ ਹੋਰ ਫਲ ਜਿਹੜਾ ਆਪ ਬੰਦੇ ਨੇ ਉਗਾਇਆ ਹੋਵੇ, ਉਹਨਾਂ ਵਿੱਚੋਂ ਇਹ ਪਹਿਲਾ ਸੀ ਜਿਹੜਾ 9400 ਸਾਲ ਬਿਫੋਰ ਕ੍ਰਾਈਸਟ ਤੋਂ ਇਹ ਉਗਾਇਆ ਲੱਭਿਆ ਜੀ। ਜੀ ਦੇਖੋ, ਯਾਨੀ ਕਣਕ ਜਾਂ ਬਾਜਰਾ ਵੀ ਉਸ ਤੋਂ 1000 ਸਾਲ ਬਾਅਦ ਸ਼ੁਰੂ ਹੋਏ ਨੇ, ਉਸ ਤੋਂ ਪਹਿਲਾਂ ਦਾ ਇਹ ਅੰਜੀਰ ਦਾ ਦਰਖਤ ਉੱਗਦਾ ਰਿਹਾ। ਤੇ ਜਿੰਨੇ ਕੁ ਫਾਇਦੇ ਉਦੋਂ, ਦਵਾਈਆਂ ਨਹੀਂ ਸਨ ਹੁੰਦੀਆਂ ਜੀ, ਉਦੋਂ ਕੋਈ ਸਾਡੇ ਕੋਲ ਲੈਬੋਰੇਟਰੀਆਂ ਨਹੀਂ ਸੀ, ਟੈਸਟ ਨਹੀਂ ਸੀ, ਸੋ ਇੱਕ ਤਰੀਕੇ ਇਹਨੂੰ ਹਰਫਨ ਮੌਲਾ ਮੰਨਦੇ ਆ। ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਇਹਦਾ ਨਾਮ ਹੀ ਸਵਰਗਾਂ ਦਾ ਫਲ ਰੱਖਿਆ, ਕਿ ਜਿੰਨੀਆਂ ਬਿਮਾਰੀਆਂ ਸੋਚ ਸਕਦੇ ਹੋ, ਕਿਸੇ ਚ ਘੱਟ ਕਿਸੇ ਚ ਵੱਧ, ਇਹਨੇ ਫਾਇਦਾ ਦੇਣਾ ਹੀ ਦੇਣਾ। ਯਾਨੀ ਇਹ ਹਾਲ ਸੀ ਕਿ 11400 ਸਾਲ ਪਹਿਲਾਂ ਦੇ ਇੱਕੋ ਥਾਂ ਉਗਾਏ ਲੱਭੇ ਦਰਖਤ, ਜਿਨ੍ਹਾਂ ਚ ਉਹ ਬੇਸ਼ਕੀਮਤੀ ਕਿਸਮਾਂ ਜਿਨ੍ਹਾਂ ਨੂੰ ਅਸੀਂ ਸਪਰੇਆਂ ਨਾਲ ਮੁਕਾ ਚੁੱਕੇ ਹਾਂ ਜੀ, ਇਹ ਵੀ ਸੋਚ ਲਓ ਕਿ ਉਹ ਸਾਡਾ, ਅਸੀਂ ਇਹ ਸਾਲ ਤੇ ਪਹੁੰਚੇ ਹਾਂ ਜਿਹਦੇ ਵਿੱਚ ਇੱਕ ਵੱਖਰੀ ਕਿਸਮ ਜੇ ਜੋ 2305 ਸਾਲ ਪਹਿਲਾਂ ਬੋਧੀਆਂ ਵੱਲੋਂ ਬੋਧ ਗਿਆ ਵਿੱਚ ਬੀਜੀ ਗਈ ਸੀ, ਉਹ ਅਜੇ ਤੱਕ ਸਭ ਤੋਂ ਪੁਰਾਣਾ ਦਰਖਤ ਸਾਡੇ ਕੋਲ ਹੈ, ਜਿਹਦਾ ਦਰਖਤ ਉੱਥੋਂ ਦੇ ਵੀ ਉਹਦੇ ਨਿੱਕੇ ਨਿੱਕੇ ਟੋਟੇ ਕਰਕੇ ਉਹਨੂੰ ਪ੍ਰਸ਼ਾਦ ਵਜੋਂ ਹਜੇ ਵੀ ਦਿੰਦੇ ਨੇ, ਤੇ ਲੋਕ ਉਹਨੂੰ ਸੁਕਾ ਕੇ ਉਹਨੂੰ ਕਈ ਕਈ ਮਹੀਨੇ ਉਹਦਾ ਪਾਣੀ ਚ ਉਬਾਲ ਕੇ ਉਹ ਵਾਪਸ ਫਿਰ ਰੱਖਦੇ ਪਏ ਨੇ। ਯਾਨੀ ਇਹ ਹਾਲ ਮੈਂ ਸਿਰਫ ਤੁਹਾਨੂੰ ਦੱਸਣ ਲਈ ਕੀਤਾ ਕਿ ਕਿੰਨਾ ਇਹਦਾ ਫਾਇਦਾ ਜੇ। ਪਰ ਇਹ ਉਹ ਫਲ ਜੇ ਜਿਹਨੂੰ ਹੁਣ ਅਸੀਂ ਜ਼ਿਆਦਾਤਰ ਕਹਿੰਦੇ ਹਾਂ ਕਿ ਸੁੱਕਿਆ ਹੋਇਆ ਜ਼ਿਆਦਾ ਅਸਰਦਾਰ ਜੇ। ਨਹੀਂ, ਮੈਂ ਅੱਜ ਤੱਕ ਹਮੇਸ਼ਾ ਗੱਲ ਕੀਤੀ ਜੇ ਕਿ ਤਾਜ਼ਾ ਫਲ ਲੈਣਾ ਚਾਹੀਦਾ। ਇਹਦੇ ਵਿਚਲੇ ਜ਼ਿੰਕ, ਮੈਂਗਨੀਜ਼, ਮੈਗਨੀਸ਼ੀਅਮ, ਆਇਰਨ, ਇਹ ਇੱਕ ਤਰੀਕੇ ਬਿਹਤਰੀਨ ਖੁਰਾਕ ਮੰਨੀ ਗਈ ਜੇ, ਜਿੱਥੋਂ ਤੱਕ ਅਸੀਂ ਗੱਲ ਕਰੀਏ ਰੀਪ੍ਰੋਡਕਟਿਵ ਹੈਲਥ ਲਈ ਜਾਂ ਮਰਦਾਨਾ ਤਾਕਤ ਲਈ। ਇਹਦੇ ਸਾਬਤ ਹੋਏ ਤੱਥ ਨੇ ਕਿ ਇਹ ਸਪਰਮਸ ਦੀ ਗਿਣਤੀ ਵੀ ਵਧਾ ਦਿੰਦਾ ਜੇ, ਉਹਦੀ ਮੂਵਮੈਂਟ ਮੋਬਿਲਿਟੀ ਵਧਾ ਦਿੰਦਾ ਜੇ, ਉਹ ਵੀ ਖਾਸ ਤੌਰ ਤੇ ਇਹਦੇ ਵਿਚਲੇ ਸਿਲੀਨੀਅਮ, ਵਿਟਾਮਿਨ ਏ, ਜ਼ਿੰਕ, ਓਮੇਗਾ 3 ਫੈਟੀ ਐਸਿਡ, ਫੋਲੇਟ ਵਗੈਰਾ ਸਦਕਾ। ਤੇ ਜਿੱਥੋਂ ਤੱਕ ਇਹ ਸੈਕਸੁਅਲ ਹੈਲਥ ਲਈ ਜਾਂ ਰੀਪ੍ਰੋਡਕਟਿਵ ਹੈਲਥ ਲਈ, ਇਹ ਮਰਦਾਨੀ ਕਮਜ਼ੋਰੀ ਲਈ ਸੁਪਰ ਫੂਡ ਮੰਨਿਆ ਗਿਆ ਜੀ। ਇਸ ਟੈਸਟ ਦੇ ਵਿੱਚ ਜਿਹੜਾ ਲੈਬੋਰੇਟਰੀ ਚ ਕੀਤਾ ਗਿਆ, ਮੈਂ ਥੋੜਾ ਜਿਹਾ ਦੱਸ ਦਿਆਂ, ਭਿਉਈ ਹੋਈ ਅੰਜੀਰ, 2 ਭਿਉਈਆਂ ਹੋਈਆਂ ਅੰਜੀਰਾਂ ਸੀ ਸੁੱਕੀਆਂ ਹੋਈਆਂ, 3 ਬਦਾਮ ਭਿਉ ਕੇ ਇਹ ਸਾਰੇ ਵਿੱਚ ਉਹਦੇ ਚ ਕੁੱਟ ਲਏ ਗਏ, ਨਾਲ ਉਹਦੇ ਵਿੱਚ ਅਖਰੋਟ ਮਿਲਾ ਕੇ, ਤੇ ਇਹ ਖਾਣ ਨੂੰ 6 ਹਫ਼ਤੇ ਦਿੱਤਾ ਗਿਆ ਸੀ, ਜਿਸ ਨਾਲ ਇਹ ਸਾਰੀਆਂ ਤਬਦੀਲੀਆਂ ਉਹਨਾਂ ਨੂੰ ਫਾਇਦਾ ਹੁੰਦੀਆਂ ਦਿਖੀਆਂ, ਜਿਨ੍ਹਾਂ ਚ ਕੁਛ ਦੇ ਵਿੱਚ ਉਹਨਾਂ ਨੇ ਹੈਜ਼ਲ ਨਟ, ਜੋ ਤੁਸੀਂ ਇਸੇ ਹੀ ਨਾਮ ਨਾਲ ਬਾਜ਼ਾਰੋਂ ਮਿਲੇਗਾ ਹੈਜ਼ਲ ਨਟ, ਉਹ ਵੀ 2 ਹੈਜ਼ਲ ਨਟ ਵਿੱਚ ਪਾ ਕੇ ਦਿੱਤੇ ਗਏ ਸਨ, ਜਿਸ ਨਾਲ ਇਹ ਕਮਾਲ ਦਾ ਅਸਰ ਉਹਨਾਂ ਨੂੰ ਦਿਸਿਆ ਜੀ। ਜਿਨ੍ਹਾਂ ਨੂੰ ਯੂਰਿਕ ਐਸਿਡ ਹੈ, ਇਹ ਜ਼ਰੂਰ ਖਾਇਆ ਕਰਨ। 2 ਅੰਜੀਰਾਂ ਰਾਤ ਨੂੰ ਭਿਉਂ ਕੇ, ਆਪਾਂ ਤਰੀਕਾ ਦੱਸਦੇ ਹਾਂ ਬਾਅਦ ਖਾਣੀਆਂ ਕਿਵੇਂ, ਬਿਲਕੁਲ ਬਿਲਕੁਲ ਇਹ ਜ਼ਰੂਰ ਦੱਸਿਓ ਤੁਸੀਂ। ਉਹਦੇ ਨਾਲ ਯੂਰਿਕ ਐਸਿਡ
ਬਹੁਤ ਘੱਟ ਜਾਂਦਾ ਜੇ ਤੇ ਜਿਨ੍ਹਾਂ ਨੂੰ ਖਾਸ ਤੌਰ ਤੇ ਮਾਹਵਾਰੀ ਦੌਰਾਨ ਦੀ ਦਰਦ ਬਹੁਤ ਤਿੱਖੀ ਹੁੰਦੀ ਹੋਏ ਜਾਂ ਜਿਨ੍ਹਾਂ ਨੂੰ ਪੀਸੀਓਡੀ ਹੋਵੇ ਯਾਨੀ ਚਿਹਰੇ ਤੇ ਵਾਲ ਆ ਗਏ ਨੇ ਜਾਂ ਜਦੋਂ ਮਾਹਵਾਰੀ ਬੰਦ ਹੋਣ ਤੋਂ ਬਾਅਦ ਦੀਆਂ ਤਕਲੀਫਾਂ ਹੋਣ ਉਹਨਾਂ ਸਾਰਿਆਂ ਵਿੱਚ ਹੀ 3 ਅੰਜੀਰਾਂ ਰੋਜ਼ 12 ਹਫ਼ਤੇ ਰਾਤ ਨੂੰ ਖਾਣ ਨੂੰ ਦਿੱਤੀਆਂ ਗਈਆਂ। ਮੈਂ ਵਾਰ ਵਾਰ ਲਫ਼ਜ਼ ਰਾਤ ਕਹਿ ਰਹੀ ਹਾਂ ਉਹਦਾ ਵੀ ਕੋਈ ਮਾਇਨਾ ਜੇ ਆਪਾਂ ਦੱਸਾਂਗੇ ਕਿਵੇਂ ਲੈਣਾ। ਇਹਦੇ ਚ ਸ਼ੂਗਰ ਦੀ ਮਾਤਰਾ ਬਹੁਤ ਘੱਟ ਜੇ ਸੋ ਸ਼ੱਕਰ ਰੋਗੀਆਂ ਲਈ ਬਿਹਤਰੀਨ ਹੈ। ਹੱਡੀਆਂ ਤਗੜੀਆਂ ਕਰਨ ਲਈ ਪਰਮਾਤਮਾ ਨੇ ਐਨ ਪੂਰਾ ਕੈਲਸ਼ੀਅਮ ਫਾਸਫੇਟ ਪੂਰਾ ਨਾਪ ਕੇ ਪਾਇਆ ਹੋਇਆ ਜੀ। ਦਿਲ ਸਿਹਤਮੰਦ ਕਰਨਾ ਹੋਏ, ਭਾਵੇਂ ਤੁਸੀਂ ਅੰਤੜੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੋਏ, ਕਬਜ਼ ਠੀਕ ਕਰਨੀ ਹੋਏ ਜੀ, ਸਾਰੀਆਂ ਹੀ ਚੀਜ਼ਾਂ ਲਈ ਕਮਾਲ ਨੇ। ਤੇ ਇਹਦੇ ਵਿੱਚ ਜਿਸ ਤਰੀਕੇ ਕਿਉਂ ਇਹਨੂੰ ਖੁਰਾਕ ਹੋਣ ਕੇ ਜਦੋਂ ਬਹੁਤ ਜ਼ਿਆਦਾ ਥਕਾਵਟ ਦੌਰਾਨ ਤੁਸੀਂ ਹੋਵੋ ਤਾਂ ਇਹ ਦੋ ਸਿਰਫ ਦੋ ਸੁੱਕੀਆਂ ਜੇ ਅੰਜੀਰਾਂ ਮੂੰਹ ਚ ਪਾ ਕੇ ਉਸ ਵੇਲੇ ਚੂਸ ਲੈਂਦੇ ਹੋ ਜਾਂ ਖਾ ਲੈਂਦੇ ਹੋ ਤੇ ਇਹਦੇ ਨਾਲ ਤੁਹਾਨੂੰ 95 ਕੈਲਰੀਆਂ ਯਾਨੀ ਇੰਸਟੈਂਟ ਐਨਰਜੀ ਤੁਹਾਨੂੰ ਉਹਦੇ ਨਾਲ ਮਿਲ ਜਾਂਦੀ ਹੈ ਜੀ। ਹੁਣ ਇਹਦੇ ਵਿੱਚ ਜਿਹੜੀ ਚੀਜ਼ ਖਾਸ ਤੌਰ ਤੇ ਮੈਂ ਥੋੜੀ ਵਰਤਣ ਦਾ ਮੈਂ 2-3 ਚੀਜ਼ਾਂ ਹੋਰ ਦੱਸਦਿਆਂ, ਫਾਇਦੇ ਕਿਹਨਾਂ ਚ ਨੇ ਵਰਤਣ ਦੇ ਢੰਗ ਵੀ ਦੱਸਾਂਗੀ। ਗੁਰਦਿਆਂ ਦੇ ਜੇ ਪੱਥਰੀ ਜੇ ਮੈਡੀਕਲ ਟ੍ਰੀਟਮੈਂਟ ਜ਼ਰੂਰ ਲਓ, ਖੁਰਾਕ ਜ਼ਰੂਰ ਧਿਆਨ ਨਾਲ ਲਓ, ਪਰ ਉਹਦੇ ਵਿੱਚ ਜੇ ਨਾਲੋ ਨਾਲ ਤੁਸੀਂ 2 ਅੰਜੀਰਾਂ ਉਬਾਲੇ ਹੋਏ ਪਾਣੀ ਵਿੱਚ ਉਸ ਵਿੱਚ 5 ਤੋਂ 10 ਮਿੰਟ ਤੱਕ ਉਬਾਲਣੀਆਂ ਨੇ ਜੀ। ਇਸ ਪਾਣੀ ਜਿਹੜਾ ਸਿਰਫ ਅੱਧਾ ਗਿਲਾਸ ਪਾਣੀ 2 ਅੰਜੀਰਾਂ 5 ਤੋਂ 10 ਮਿੰਟ ਤੱਕ ਉਬਾਲੋ ਸਿਮ ਤੇ ਰੱਖ ਕੇ, ਫਿਰ ਇਹਨੂੰ ਦਿਨ ਵਿੱਚ 4 ਵਾਰ ਜੇ ਤੁਸੀਂ ਇਹਨੂੰ ਬਾਕੀ ਦੇ ਨੂੰ ਜਿਹੜਾ ਮਿਕਸਚਰ ਹੈ ਪੂਰੇ ਗਲਾਸ ਚ ਮਿਕਸ ਕਰਕੇ ਇਹਨੂੰ ਸਾਰੇ ਦਾ ਸਾਰਾ ਪੀ ਲਓ, ਅੰਜੀਰਾਂ 20 ਖਾ ਲਓ ਫਿਰ ਬਾਅਦ ਵਿੱਚ ਵਿਚਲੀਆਂ ਜੀ, ਤਾਂ ਇਹਦੇ ਨਾਲ ਨਾਲੋ ਨਾਲ ਦੂਸਰੀ ਟ੍ਰੀਟਮੈਂਟ ਕਰਦੇ ਪਏ ਹੋ ਤਾਂ ਇਹ ਕਿਡਨੀ ਸਟੋਨਸ ਵਾਲਿਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਚੁੱਕੀ ਹੈ। ਠੀਕ ਹੈ, ਵਾਲ ਵਧਾਉਣ ਲਈ ਇਹਦੇ ਵਿੱਚ ਪੂਰੀ ਮਈਅਰਡ ਖੁਰਾਕ ਕੁਦਰਤ ਨੇ ਪਾਈ ਜੇ, ਮੈਗਨੀਸ਼ੀਅਮ ਦੀ, ਵਿਟਾਮਿਨ ਸੀ ਦੀ, ਵਿਟਾਮਿਨ ਈ ਦੀ, ਸੋ ਇਹ ਰੋਜ਼ ਰਾਤ ਨੂੰ 2 ਜੇ ਖਾਧੀਆਂ ਹੋਣ ਅੰਜੀਰਾ ਭਿਓ ਕੇ ਤੇ ਸਵੇਰੇ, ਇਹ ਖਾਣ ਦਾ ਢੰਗ ਵੱਖਰਾ। ਜੇ ਵਾਲਾਂ ਲਈ ਤੁਸੀਂ ਲੈਣੀ ਹੈ ਤਾਂ ਰਾਤ ਨੂੰ 2 ਜਾਂ 3 ਅੰਜੀਰ ਤੁਸੀਂ ਪਾਣੀ ਦੇ ਵਿੱਚ ਡੁਬੋ ਕੇ ਰੱਖ ਲਵੋ ਤੇ ਸਵੇਰੇ ਉਹ ਭਿਓਈਆਂ ਹੋਈਆਂ ਅੰਜੀਰਾਂ ਤੇ ਉਹ ਪਾਣੀ ਉਹ ਲੈ ਲਵੋ ਤਾਂ ਵਾਲਾਂ ਲਈ ਬਹੁਤ ਵਧੀਆ ਨੇ। ਜੇ ਤੁਸੀਂ ਉਹ ਇਕੱਲੇ ਅੰਜੀਰਾਂ ਉਹ ਖਾ ਲੈਂਦੇ ਹੋ, ਬਾਕੀ ਦਾ ਬਚਿਆ ਪਾਣੀ ਜੇ ਤੁਸੀਂ ਸਿਰ ਉਹਦੇ ਨਾਲ ਨਾ ਲੈਂਦੇ ਹੋ ਵੀ ਬਹੁਤ ਵਧੀਆ। ਜੇ ਨੀਂਦਰ ਠੀਕ ਨਾ ਆਉਂਦੀ ਹੋਵੇ ਤਾਂ ਤੁਸੀਂ 2 ਅੰਜੀਰਾਂ ਉਹਨੂੰ ਪਾਣੀ ਚ ਜਾਂ ਦੁੱਧ ਚ ਭਿਓ ਲਵੋ ਤੇ ਦੁਪਹਿਰ ਵੇਲੇ ਭਿਓਣਾ ਜੀ ਉਹਨਾਂ ਨੂੰ। ਫਿਰ ਰਾਤ ਨੂੰ ਤੁਸੀਂ ਉਹਨੂੰ ਗਰਮ ਦੁੱਧ ਕਰ ਲਵੋ ਜਾਂ ਉਹਨੂੰ ਮਤਲਬ ਉਬਾਲ ਲਵੋ ਦੁੱਧ ਵਿੱਚ ਤੇ ਫਿਰ ਉਹ ਨਰਮ ਪਹਿਲਾਂ ਹੀ ਹੋ ਚੁੱਕੀਆਂ ਹੋਣਗੀਆਂ ਦੁਪਹਿਰ ਦੀਆਂ, ਉਹਨਾਂ ਨੂੰ ਸੌਣ ਤੋਂ ਪਹਿਲਾਂ ਜੇ ਤੁਸੀਂ ਇਹ ਵਾਲਾ ਦੁੱਧ ਲੈਂਦੇ ਹੋ, ਦੁੱਧ ਪੀ ਲਵੋ ਨਾਲ ਅੰਜੀਰਾਂ ਖਾ ਲਵੋ ਤਾਂ ਨੀਂਦ ਬਹੁਤ ਸੋਹਣੀ ਆਉਂਦੀ ਜੇ, ਕਿਉਂਕਿ ਇਹ ਤਣਾਓ ਘਟਾ ਦਿੰਦੀ ਜੇ, ਟੈਨਸ਼ਨ ਘਟਾ ਦਿੰਦੀ ਜੇ। ਠੀਕ ਹੈ, ਪ੍ਰੈਗਨੈਂਸੀ ਲਈ ਬਹੁਤ ਕਮਾਲ ਦੀ ਜੇ। ਹੁਣ ਜੇ ਕਿਉਂ ਮੈਂ ਰਾਤ ਨੂੰ ਵਾਰ ਵਾਰ ਕਹਿ ਰਹੀ ਹਾਂ ਕਿ ਬਹੁਤੀਆਂ ਚੀਜ਼ਾਂ ਚ ਰਾਤ ਨੂੰ ਭਿਓ ਕੇ ਇਸ ਕਰਕੇ ਕਿਹਾ ਸਵੇਰੇ ਖਾਣ ਲਈ ਕਿ ਇਹਦੇ ਵਿੱਚ ਸੋਡੀਅਮ ਵੀ ਘੱਟ ਜੇ, ਫੈਟ ਵੀ ਘੱਟ ਜੇ, ਕੋਲੈਸਟਰੋਲ ਵੀ ਘੱਟ ਜੇ, ਪਰ ਇਹਦਾ ਜਿਹੜਾ ਫਾਈਬਰ ਹੈ ਉਹ ਕਾਫੀ ਜਿਹੜਾ ਸਾਡਾ ਸਰੀਰ ਅਬਜ਼ੋਰਬ ਨਹੀਂ ਕਰ ਸਕਦਾ ਉਦਾਂ ਦਾ ਹੁੰਦਾ, ਸੋ ਇਹਨੂੰ ਭਿਉਣ ਦੇ ਨਾਲ ਇਹ ਉਹ ਨਰਮ ਪੈ ਜਾਂਦਾ ਜੇ, ਸਾਡੀਆਂ ਅੰਤੜੀਆਂ ਸੌਖੀਆਂ ਹਜ਼ਮ ਕਰ ਸਕਦੀਆਂ ਨੇ ਤੇ ਸਾਰੇ ਫਾਇਦੇ ਚੰਗੇ ਤਰੀਕੇ ਮਿਲ ਜਾਂਦੇ ਨੇ। ਜੇ ਤੁਹਾਡੀ ਕਿਤੇ ਬਲੀਡਿੰਗ ਹੋ ਰਹੀ ਹੋਵੇ ਤਾਂ ਇਹਦਾ ਜਿਹੜਾ ਤੱਤ ਕੱਢ ਕੇ ਅਜ਼ਮਾਇਆ ਜਾ ਚੁੱਕਿਆ ਕਿ ਨਸਾਂ ਨੂੰ ਬਰੀਕ ਕਰਕੇ ਭੀੜੀਆਂ ਕਰ ਦਿੰਦਾ, ਉੱਥੋਂ ਖੂਨ ਵਗਣਾ ਛੇਤੀ ਬੰਦ ਹੋ ਸਕਦਾ। ਇੰਝ ਭਾਰ ਜਿਸਨੇ ਕਾਬੂ ਚ ਕਰਨਾ ਹੋਵੇ ਤਾਂ ਉਹ, ਕਿਉਂਕਿ ਇਹਦੇ ਚ ਫਾਈਬਰ ਕਾਫੀ ਤਗੜਾ, ਉਹ ਵੀ ਇਸੇ ਤਰ੍ਹਾਂ ਰਾਤ ਨੂੰ 3 ਅੰਜੀਰ ਭਿਓ ਕੇ ਤੇ ਸਵੇਰੇ ਉਹ ਤੁਸੀਂ ਪਾਣੀ ਵੀ ਪੀ ਲਓ, ਅੰਜੀਰ ਵੀ ਖਾ ਲਓ, ਪਰ ਜੇ 6 ਅੰਜੀਰਾਂ ਤੋਂ ਵੱਧ ਰੋਜ਼ ਖਾਂਦੇ ਹੋ ਤੇ ਤੁਹਾਡਾ ਵੇਟ ਗੇਨ ਕਰਨ ਲਈ ਵੀ ਇਹ ਬਹੁਤ ਫਾਇਦੇਮੰਦ ਨੇ ਜੀ। ਯਾਨੀ ਭਾਰ ਘਟਾਉਣੀ ਜੇ ਤੇ 2 ਜਾਂ ਵੱਧੋ ਵੱਧ 3 ਜੇ ਵਧਾਉਣਾ ਜੇ ਤਾਂ 6 ਤੋਂ 8 ਅੰਜੀਰਾਂ ਰੋਜ਼ ਖਾ ਲਓ, ਭਾਰ ਵੱਧ ਵੀ ਸਕਦਾ ਜੇ, ਪਰ 8 ਤੋਂ ਉੱਪਰ ਜਿੰਨੀ ਜਦੋਂ ਵੀ ਕਿਸੇ ਨੇ ਖਾਣੀਆਂ ਜੇ, ਜੇ ਲਗਾਤਾਰ ਤੁਸੀਂ ਹਫ਼ਤਾ ਖਾ ਗਏ ਹੋ ਤਾਂ ਚੇਤੇ ਰੱਖਿਓ, ਤੁਹਾਡੇ ਈਵਨ ਅੱਖਾਂ ਚ ਲਹੂ ਵਗ ਸਕਦਾ ਜੇ, ਤੁਹਾਡੇ ਟੱਟੀਆਂ ਲੱਗ ਸਕਦੀਆਂ, ਬੜੀ ਤਿੱਖੀ ਢਿੱਡ ਪੀੜ ਹੋ ਸਕਦੀ ਹੈ, ਬਲੱਡ ਸ਼ੂਗਰ ਬਹੁਤ ਘੱਟ ਸਕਦਾ, ਇੰਨਾ ਸਵੀਅਰ ਕਈ ਵਾਰ ਅਲਰਜਿਕ ਰਿਐਕਸ਼ਨ ਹੋ ਜਾਂਦਾ ਕਿ ਸਾਹ ਆਉਣਾ ਬੰਦ ਹੋ ਸਕਦਾ,
ਸੋ ਅਫਾਰਾ ਆ ਸਕਦਾ ਜੇ ਸੋ ਇੰਜ ਪਲੀਜ਼ ਰੱਬ ਦਾ ਵਾਸਤਾ ਜੇ ਕਿ ਇਹਨੂੰ ਗੱਫੇ ਭਰ ਕੇ ਨਾ ਖਾਇਓ ਜੀ ਸੋ ਕਦੇ ਵੀ 8 ਤੋਂ ਉੱਪਰ ਕਿਸੇ ਵੀ ਹਾਲ ਚ ਨਹੀਂ ਠੀਕ ਹੈ ਇਹਦੇ ਵਿੱਚ ਜਿਹੜੀ ਇੱਕ ਖਾਸ ਤੌਰ ਤੇ ਗਾਲ ਬਲੈਡਰ ਸਟੋਨਸ ਲਈ ਜਿਨ੍ਹਾਂ ਨੂੰ ਹੋਣ ਹਾਂਜੀ ਉਹਦੇ ਵਿੱਚ ਇਹਨੂੰ ਵੀ ਰਾਤ ਨੂੰ ਭਿਉਂ ਕੇ ਦੋ ਸਿਰਫ ਦੋ ਅੰਜੀਰਾਂ ਤੇ ਸਵੇਰੇ ਨਾਲ ਉਹਦੇ ਵਿੱਚ ਹੀ ਨਾਲ ਦੋ ਬਦਾਮ ਭਿਉਂ ਕੇ ਖਾਣ ਨਾਲ ਤੁਹਾਡੀ ਉਸ ਸਮੇਂ ਦੀ ਪੀੜ ਤੇ ਸੋਜਿਸ਼ ਘੱਟ ਸਕਦੀ ਹੈ ਪਰ ਮੈਂ ਇਹ ਦੱਸ ਦਿਆਂ ਕਿ ਗਾਲ ਸਟੋਨਸ ਕਦੇ ਵੀ ਆਪੇ ਨਹੀਂ ਖਤਮ ਹੁੰਦੇ ਠੀਕ ਹੈ ਇਹਦਾ ਆਪਰੇਸ਼ਨ ਕਰਵਾ ਕੇ ਹੀ ਕੱਢਣੇ ਪੈਂਦੇ ਨੇ ਸੋ ਇਹ ਗਲਤੀ ਨਾ ਕਰਿਓ ਫਿਰ ਉਸੇ ਤਰ੍ਹਾਂ ਹੀ ਜੇ ਤੁਸੀਂ ਹੁਣ ਕੱਟ ਕੇ ਐਡੀ ਜੇ ਸਟ੍ਰਿਪ ਦਿਖਾਓਗੇ ਤਾਂ ਫਿਰ ਤੁਸੀਂ ਆਪਣਾ ਹੀ ਨੁਕਸਾਨ ਕਰਵਾ ਰਹੇ ਹੋਵੋਗੇ ਕਿਉਂਕਿ ਕਦੇ ਵੀ ਗਾਲ ਸਟੋਨਸ ਜਿਹੜੇ ਗਾਲ ਬਲੈਡਰ ਅੰਦਰ ਉਹ ਯਾਨੀ ਪਿੱਤੇ ਤੇ ਪੱਥਰੀ ਜਿਹੜੀ ਉਹਦਾ ਆਪਰੇਸ਼ਨ ਹੀ ਕਰਾਉਣਾ ਪੈਂਦਾ ਸਿਰਫ ਜੇ ਤੁਸੀਂ ਉਸ ਟਾਈਮ ਕੋਈ ਉਹ ਤਕਲੀਫ ਨਹੀਂ ਦੇ ਰਹੀ ਜਾਂ ਕਿਸੇ ਟਾਈਮ ਹਲਕੀ ਸੋਜਿਸ਼ ਦਿਸ ਰਹੀ ਹੈ ਤਾਂ ਤੁਸੀਂ 10 ਦਿਨ ਲਈ ਇਹ ਵਰਤ ਸਕਦੇ ਹੋ ਜਿਹਦੇ ਨਾਲ ਉਹ ਸੋਜਿਸ਼ ਘੱਟ ਸਕਦੀ ਹੈ ਜਾਂ ਡਾਕਟਰੀ ਸਲਾਹ ਤੁਰੰਤ ਲਓ ਕਿਉਂਕਿ ਕਈ ਵਾਰ ਉਹ ਸੋਜਿਸ਼ ਨਾਲ ਜੋ ਕੋਲੀਸਿਸਟਾਈਟਿਸ ਜਾਨਲੇਵਾ ਹੋ ਸਕਦਾ ਫਟ ਸਕਦਾ ਮੌਤ ਹੋ ਸਕਦੀ ਹੈ ਬਿਲਕੁਲ ਇਹ ਚੀਜ਼ਾਂ ਨਾ ਕਰਿਓ ਸੋ ਉਹ ਜੇ ਤੁਸੀਂ ਦਵਾਈਆਂ ਨਾਲ ਵਰਤ ਰਹੇ ਹੋ ਸੋਜਿਸ਼ ਘਟਾਉਣ ਦੀਆਂ ਤਾਂ ਇਹ ਚੀਜ਼ ਨਾਲ ਖਾਣ ਨਾਲ ਤੁਹਾਡੀ ਸੋਜਿਸ਼ ਛੇਤੀ ਘੱਟ ਜਾਏਗੀ ਇਹ ਇਕੱਲਾ ਕਦੇ ਵੀ ਨਹੀਂ ਵਰਤਣਾ ਨਾਲ ਦਵਾਈ ਜ਼ਰੂਰੀ ਜੇ ਤੇ ਉਹਦਾ ਇਲਾਜ ਸਿਰਫ ਆਪਰੇਸ਼ਨ ਹੀ ਹੁੰਦਾ ਜੇ ਸੋ ਇਹ ਚੀਜ਼ਾਂ ਦੇ ਵਿੱਚ ਹੁਣ ਜਿੰਨੀਆਂ ਹੁਣ ਤੱਕ ਦੀਆਂ ਲੱਭੀਆਂ ਨੇ ਸਭ ਤੋਂ ਵੱਧ ਦਿਲ ਨੂੰ ਸਿਹਤਮੰਦ ਕਰਨ ਲਈ ਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਤੇ ਖਾਸ ਤੌਰ ਤੇ ਸ਼ੱਕਰ ਰੋਗੀਆਂ ਲਈ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਬਿਹਤਰੀਨ ਹੈ ਤੇ ਆਇਰਨ ਇਹਦੇ ਵਿੱਚ ਕੰਟੈਂਟ ਇੰਨਾ ਜ਼ਿਆਦਾ ਹੈ ਕਿ ਜਿਨ੍ਹਾਂ ਨੂੰ ਲਹੂ ਦੀ ਕਮੀ ਰਹਿੰਦੀ ਹੋਵੇ ਉਹ ਕੱਲੀਆਂ ਇਹ ਵੀ ਜੇ ਲਗਾਤਾਰ ਆਪਣੀ ਖੁਰਾਕ 'ਚ ਸ਼ਾਮਲ ਕਰ ਲੈਣ ਤੇ ਨਾਲ ਰਾਗੀ ਦਾ ਆਟਾ ਸਵੇਰੇ ਖਾਂਦੇ ਰਹਿਣ ਤਾਂ ਜਿਹੜੇ ਲੋਹ ਕਣਾਂ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ਜੀ ਸੋ ਇਹਦੇ ਵਿੱਚ ਮੈਂ ਹੁਣ ਮੈਨੂੰ ਪਤਾ ਹੈ ਕਿ ਸਮਾਂ ਅਖੀਰ ਵਿੱਚ ਆਇਆ ਪਿਆ ਜੇ ਕੋਈ ਤੁਹਾਡੇ ਮਨ ਵਿੱਚ ਸਵਾਲ ਹੈ ਜ਼ਰੂਰ ਪੁੱਛੋ ਨਹੀਂ ਮੈਂ ਫਿਰ ਆਖਰੀ ਗੱਲ ਕਹਿ ਗਈ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਮੇਰੇ ਮਨ 'ਚ ਸਵਾਲ ਇਹੀ ਹੈ ਕਿ ਮੇਨ ਜਿਹੜਾ ਹੈਗਾ ਵੀ ਇਹਨੂੰ ਵਰਤਣਾ ਕਿਵੇਂ ਹੈ ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਵੇਰੇ ਸਵੇਰੇ ਤੁਸੀਂ ਦੱਸਿਆ ਕਿ ਬਿਨਾਂ ਭਿਉਂਤੇ ਹੋਏ ਇਹਨੂੰ ਖਾਣਾ ਸੋਰੀ ਭਿਉਂ ਕੇ ਇਹਨੂੰ ਖਾਣਾ ਹੈਗਾ ਤੇ ਮੈਂ ਬਿਨਾਂ ਭਿਉਂਤੇ ਹੋਏ ਥੋੜਾ ਇਹ ਸੋਫਟ ਹੋ ਜਾਂਦਾ ਜਦੋਂ ਤੁਸੀਂ ਫਰਿੱਜ 'ਚੋਂ ਕੱਢਦੇ ਹੋ ਤੇ ਫਰੂਟਸ ਦਾ ਜਿਹੜਾ ਆਪਾਂ ਬਾਊਲ ਬਣਾਉਂਦੇ ਹਾਂ ਉੱਤੇ ਭਿਉਂਤੇ ਹੋਏ ਨਟਸ ਵਗੈਰਾ ਪਾਉਂਦੇ ਹਾਂ ਜਾਂ ਡਰਾਈ ਫਰੂਟ ਉਹਦੇ ਉੱਤੇ ਇੱਦਾਂ ਹੀ ਬਿਨਾਂ ਭਿਉਂਤਾ ਮੈਂ ਖਾਂਦੀ ਹਾਂ ਤੇ ਹੋ ਸਕਦਾ ਬਹੁਤ ਸਾਰੇ ਹੋਰ ਲੋਕ ਵੀ ਸਾਡੇ ਖਾਂਦੇ ਹੋਣਗੇ ਤੇ ਤੁਸੀਂ ਦੱਸੋ ਕਿ ਖਾਣਾ ਕਿਵੇਂ ਸਹੀ ਹੈ ਜਿਹੜਾ ਇੱਕ ਨਾਰਮਲ ਇਨਸਾਨ ਹੈ ਜਿਹਨੂੰ ਕੋਈ ਬਿਮਾਰੀ ਨਹੀਂ ਹੈ ਉਹਦੇ ਲਈ ਜੀ ਜਿਹਨੂੰ ਬਿਲਕੁਲ ਕੋਈ ਬਿਮਾਰੀ ਨਹੀਂ ਉਹ ਰਾਤ ਨੂੰ ਇਹਨੂੰ ਭਿਉਂ ਕੇ ਦੋ ਅੰਜੀਰਾਂ ਰੋਜ਼ ਦੀਆਂ ਇਹਨੂੰ ਸਵੇਰੇ ਤੁਸੀਂ ਭਿਉਣ ਦਾ ਮਕਸਦ ਇਹੋ ਹੈ ਕਿ ਇਹਦੇ ਪੂਰੇ ਤੱਤ ਜਿਹੜੇ ਨੇ ਉਹ ਇਹਦਾ ਫਾਈਬਰ ਵਿਚਲਾ ਨਰਮ ਹੋ ਜਾਏ ਤੇ ਉਹ ਹਜ਼ਮ ਹੋ ਸਕਣ ਨਹੀਂ ਅਦਰਵਾਈਜ਼ ਤੁਸੀਂ ਇੰਜੀ ਖਾਂਦੇ ਹੋ ਤਾਂ ਉਹਦੇ 50% ਤੱਤ ਬਾਹਰ ਚਲੇ ਜਾਂਦੇ ਨੇ ਸਰੀਰ ਨੂੰ ਲੱਗਦੇ ਨਹੀਂ ਉਹਦਾ ਪੂਰਾ ਫਾਇਦਾ ਲੈ ਨਹੀਂ ਸਕਦੇ ਉਹਦਾ ਕਾਰਨ ਇਹੋ ਹੁੰਦਾ ਜੇ ਇਹਦਾ ਫਾਈਬਰ ਨਰਮ ਕਰਨਾ ਹੀ ਪੈਂਦਾ ਜੇ ਜਿਸ ਲਈ ਰਾਤ ਨੂੰ ਤੁਹਾਨੂੰ ਭਿਉਣਾ ਪੈਂਦਾ ਤੇ ਤਾਂ ਕਿ ਸਵੇਰ ਨੂੰ ਤੁਸੀਂ ਲੈ ਰਾਤ ਨੂੰ ਜੇ ਖਾਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹਨਾਂ ਚੀਜ਼ਾਂ ਲਈ ਉਹਨਾਂ ਵਾਸਤੇ ਤੁਹਾਨੂੰ ਇਹ ਦੁਪਹਿਰ ਵੇਲੇ ਹੀ ਉਹਨੂੰ ਭਿਉਂ ਕੇ ਰੱਖਣਾ ਪਏਗਾ ਤਾਂ ਕਿ ਉਸ ਵੇਲੇ ਗਰਮ ਦੁੱਧ ਚ ਉਬਾਲ ਕੇ ਤੁਸੀਂ ਉਹਨੂੰ ਲੈ ਸਕੋ ਠੀਕ ਹੈ ਉਹ ਖਾਸ ਜੇ ਦੁੱਧ ਵਿੱਚ ਉਬਾਲਣਾ ਜੇ ਫਿਰ ਵੀ ਇਹਨੂੰ ਭਿਉਂ ਕੇ ਰੱਖਣਾ ਉਦੋਂ ਦੁਪਹਿਰੇ ਭਿਉਂ ਕੇ ਰੱਖ ਦਵੋ ਤੇ ਫਿਰ ਰਾਤ ਨੂੰ ਤੁਸੀਂ ਜੇ ਭਾਵੇਂ ਜੇ ਦੁੱਧ ਚ ਭਿਉਂ ਰਹੇ ਹੋ ਤਾਂ ਫਿਰ ਉਹ ਕਿਉਂਕਿ ਫਟਣ ਦਾ ਡਰ ਹੁੰਦਾ ਇਸੇ ਲਈ ਪਾਣੀ ਚ ਭਿਉਂ ਕੇ ਰਾਤ ਨੂੰ ਉਸੇ ਭਿੱਜੀ ਨੂੰ ਤੁਸੀਂ ਦੁੱਧ ਚ ਉਬਾਲ ਕੇ ਤੇ ਫਿਰ ਉਹਨੂੰ ਲੈ ਲਵੋ ਤੇ ਸਾਰੇ ਤੱਤ ਦੁੱਧ ਚ ਆ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਉਹਨੂੰ ਵੀ ਖਾ ਸਕਦੇ ਹੋ ਜਿਸ ਵਿੱਚ ਮੈਂ ਖਾਸ ਦੱਸਿਆ ਸੀ ਕਿ ਔਰਤਾਂ ਵਾਸਤੇ ਖਾਸ ਤੌਰ ਤੇ ਦੱਸਦਿਆਂ ਕਿਉਂਕਿ ਮਰਦਾਂ ਦੇ ਸੁਪਰ ਫੂਡ ਦੀ ਤਾਂ ਮੈਂ ਗੱਲ ਕਰ ਹੀ ਦਿੱਤੀ ਹੈ ਪਰ ਔਰਤਾਂ ਲਈ ਜੇ ਤੁਸੀਂ ਸੁਪਰ ਫੂਡ ਵਾਂਗ ਵਰਤਣਾ ਜੇ ਮਾਂਵਾਰੀ ਦੇ ਹਰ ਤਰ੍ਹਾਂ ਦੀ ਦਿੱਕਤ ਭਾਵੇਂ ਉਹ ਬੰਦ ਹੋ ਚੁੱਕੀ ਹੈ ਭਾਵੇਂ ਉਸ ਦੌਰਾਨ ਤੁਹਾਨੂੰ ਪ੍ਰੋਬਲਮ ਹੈ PCOD ਹੈ ਤਾਂ ਰਾਤ ਨੂੰ ਦੋ ਭਿਉਂ ਕੇ ਇਹਨੂੰ ਜ਼ਰੂਰ ਸਵੇਰੇ ਰੈਗੂਲਰ ਤੌਰ ਤੇ ਖਾਣੀ ਸ਼ੁਰੂ ਕਰੋ ਨਾਲ ਤੁਸੀਂ ਆਫਕੋਰਸ ਨਟਸ ਜਿਵੇਂ ਤੁਸੀਂ ਦੱਸ ਹੀ ਰਹੇ ਹੋ ਅਖਰੋਟ ਬਦਾਮ ਕਾਜੂ ਵੀ ਲੈ ਸਕਦੇ ਹੋ ਤੇ ਇਹ ਸਾਰਿਆਂ ਨੂੰ ਮੁੱਠੀ ਬੰਦ ਦੇ ਵਿੱਚ ਰੱਖਣਾ ਪਏਗਾ ਸੋ ਇੰਨੇ ਨਾਲ ਤੁਸੀਂ ਨਾਲ ਇਹ ਅੰਜੀਰ ਤੁਸੀਂ ਇਹ ਜੇ ਰੈਗੂਲਰ ਖਾਂਦੇ ਰਹੋ ਤਾਂ ਤੁਸੀਂ ਕਾਫੀ ਤੰਦਰੁਸਤ ਰਹਿ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਤੇ ਬਾਕੀ ਹੋਰ ਜਿਹੜੇ ਮਤਲਬ ਆਪਾਂ ਦੱਸ ਹਾਂਜੀ ਬਿਲਕੁਲ ਨੁਕਤਾ ਜ਼ਰੂਰ ਦੱਸਦੇ ਹਾਂ ਆਮ ਤੌਰ ਤੇ ਫਲੈਕਸ ਸੀਡਸ ਅਲਸੀ ਇਹ ਕਾਫੀ ਅਸਰਦਾਰ ਦੱਸੀ ਗਈ ਜੇ ਜੋੜਾਂ ਦੀ ਪੀੜ ਜਿਹਨੂੰ ਹੁੰਦੀ ਜੇ ਉਹਦੇ ਵਾਸਤੇ ਇਹਨੂੰ ਕਿਹਾ ਗਿਆ ਈਵਨ ਕੈਂਸਰ ਵਾਸਤੇ ਵੀ ਇਹ ਬਹੁਤ ਹੁਣ ਵਰਤੋਂ ਚ ਆ ਰਹੀ ਜੇ ਮੈਂ ਇੱਕ ਅਹਿਮ ਨੁਕਤਾ ਦੱਸਦੇ ਹਾਂ ਕਿ ਜੇ ਤੁਸੀਂ ਅੰਜੀਰ ਦੇ ਨਾਲ ਇਹ ਖਾਂਦੇ ਹੋ ਬਹੁਤ ਵਧੀਆ ਦੋਨੋਂ ਹੀ ਨੇ
ਪਰ ਇੱਕ ਖਿਆਲ ਰੱਖਿਓ, ਅੰਜੀਰ ਹਮੇਸ਼ਾ ਭਿਉਂ ਕੇ ਤੇ ਫਲੈਕਸ ਸੀਡਸ ਕਦੇ ਵੀ ਭਿਉਣੇ ਨਹੀਂ। ਯਾਨੀ ਇਹ ਦੋਨੋਂ ਚੀਜ਼ਾਂ ਬਿਲਕੁਲ ਹੀ ਵੱਖਰੀਆਂ ਨੇ। ਜੇ ਤੁਸੀਂ ਅਲਸੀ ਖਾਣੀ ਜੇ ਤੇ ਤਾਜ਼ੀ ਤੁਰੰਤ ਉਸੇ ਤਰ੍ਹਾਂ ਬੀਜ ਖਾਣੇ ਪੈਂਦੇ ਜੇ, ਠੀਕ ਹੈ। ਉਹਨਾਂ ਨੂੰ ਤੁਸੀਂ ਭਾਵੇਂ ਦਹੀਂ ਚ ਪਾ ਕੇ ਲੈ ਲਓ, ਸਮੂਦੀ ਚ ਪਾ ਕੇ ਲੈ ਲਓ, ਜਿਵੇਂ ਵੀ ਉਹਨੂੰ ਉਸੇ ਤਰ੍ਹਾਂ ਲੈਣੀ ਜੇ। ਅੰਜੀਰ ਰਾਤ ਦੀ ਭਿਉਂ ਲੈਣੀ ਜੇ, ਇਹ ਦੋਨੋਂ ਇਕੱਠੇ ਨਾ ਭਿਉਂ ਦੇਣਾ, ਕਈ ਵਾਰੀ ਗਲਤੀ ਕਰ ਜਾਂਦੇ ਨੇ, ਉਹ ਠੀਕ ਨਹੀਂ ਹੁੰਦਾ। ਜੀ ਜੀ ਤੇ ਮੇਰਾ ਖਿਆਲ ਹੈ ਖਤਮ ਹੋਣ ਤੋਂ ਪਹਿਲਾਂ ਕੁਝ ਨਾਲ ਦੀਆਂ ਹੋਰ ਚੀਜ਼ਾਂ ਦਾ ਜੇ ਜ਼ਿਕਰ ਕਰ ਦਈਏ ਜਿਨ੍ਹਾਂ ਚ ਬਹੁਤ ਹਾਈ ਕੰਟੈਂਟ ਹੈ ਲੋਹ ਕਣਾਂ ਦਾ। ਜੀ ਜੀ ਪਹਿਲੀ ਚੀਜ਼ ਤਾਂ ਆਪਾਂ ਅੰਜੀਰ ਦੱਸ ਹੀ ਦਿੱਤੀ, ਇਹਦੇ ਨਾਲ ਕੁਝ ਫਲ ਜਾਂ ਸਬਜ਼ੀਆਂ, ਜੇ ਵਕਤ ਹੋਵੇ ਤਾਂ ਮੈਂ ਇੱਕ ਮਿੰਟ ਚ ਉਹ ਦੱਸਣੀ ਆ। ਜਰੂਰ ਜਰੂਰ ਮੈਮ, ਇੱਕ ਮੇਰਾ ਹੋਰ ਸਵਾਲ ਵੀ ਆ, ਉਹ ਵੀ ਫਿਰ ਉਸ ਤੋਂ ਬਾਅਦ ਲੈਣਾ, ਤੁਸੀਂ ਇਹ ਜ਼ਰੂਰ ਦੱਸੋ। ਇਹਨਾਂ ਨਾਲ ਤੁਸੀਂ ਸਟ੍ਰਾਬੈਰੀਜ਼ ਲੈ ਸਕਦੇ ਹੋ, ਹਦਵਾਣਾ ਲੈ ਸਕਦੇ ਹੋ, ਤੁਸੀਂ ਨਾਲ ਜਿਹੜੇ ਡੇਟਸ ਨੇ ਯਾਨੀ ਖਜੂਰਾਂ ਲੈ ਸਕਦੇ ਹੋ। ਇਸੇ ਤਰ੍ਹਾਂ ਨਾਲ ਤੁਸੀਂ ਜਿਹੜੇ ਹੈਗੇ ਨੇ ਮਟਰ, ਉਹ ਲੈ ਸਕਦੇ ਹੋ, ਮਟਰ, ਹਰੇ ਮਟਰ, ਹਰੇ ਮਟਰ, ਪਾਲਕ, ਸ਼ਕਰਕੰਦੀ, ਬਰੋਕਲੀ ਤੇ ਹਰੀਆਂ ਫਲੀਆਂ, ਇਹ ਸਾਰੀਆਂ ਹੀ ਨੇ ਜਿਨ੍ਹਾਂ ਚ ਬਹੁਤ ਭਾਰੀ ਮਾਤਰਾ ਵਿੱਚ ਲੋਹ ਕਣ ਨੇ ਜੋ ਵਰਤੇ ਜਾ ਸਕਦੇ ਨੇ। ਕਮਾਲ ਇਹ ਆ ਵੀ ਇਹਨਾਂ ਸਭ ਤੋਂ ਵਾਧੂ ਪਹਿਲੇ ਨੰਬਰ ਤੇ ਭਾਵੇਂ ਅੰਜੀਰ ਹੀ ਆਉਂਦੀ ਜੇ, ਪਰ ਇਹ ਸਾਰੇ ਹੀ ਵਧੀਆ ਨੇ ਤੇ ਆ ਭਾਵੇਂ ਵਰਤੋਂ ਵਿੱਚ ਬਹੁਤ ਆਮ ਜੇ, ਪਰ ਮੈਂ ਦੱਸਦਿਆਂ ਜਿੰਨੇ ਮੈਂ ਨਾਂ ਬੋਲੇ ਨੇ ਇਸ ਤੋਂ ਅਗਲਾ ਨਾਂ ਅਨਾਰ ਦਾ ਆਉਂਦਾ ਜੇ। ਜਦਕਿ ਆਪਾਂ ਬਹੁਤ ਸਾਰੇ ਲੋਕ ਅਨਾਰ ਪਹਿਲਾਂ ਦੱਸਦੇ ਨੇ ਕਿ ਅਸੀਂ ਖਾਇਆ ਤੇ ਲਿਆ, ਸੋ ਉਹ ਪਹਿਲਾਂ ਇਹ ਚੀਜ਼ਾਂ ਵਰਤੋਂ, ਫਿਰ ਅਨਾਰ ਵੀ ਚੰਗਾ ਜੇ। ਜੀ ਜੀ ਡਾਕਟਰ ਸਾਹਿਬ, ਤੇ ਇੱਕ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਸੀ ਕਿ ਹਮੇਸ਼ਾ ਆਪਾਂ ਦੱਸਦੇ ਹਾਂ, ਤੁਸੀਂ ਪਹਿਲਾਂ ਦੱਸ ਵੀ ਚੁੱਕੇ ਹੋ, ਇੱਕ ਵਾਰੀ ਫੇਰ ਤੁਸੀਂ ਬਰੀਫ ਦੇ ਵਿੱਚ ਦੱਸ ਦਿਓ ਕਿ ਕਿਹੜੇ ਲੋਕ ਨੇ ਜਾਂ ਫਿਰ ਕਿਹੜੇ ਬਿਮਾਰੀ ਦੇ ਮਰੀਜ਼ ਨੇ ਜਿਨ੍ਹਾਂ ਦੇ ਲਈ ਅੰਜੀਰ ਖਾਣੀ ਮਤਲਬ ਰੋਕ ਹੈ, ਮਨਾਹੀ ਹੈ ਕਿ ਉਹ ਨਹੀਂ ਖਾ ਸਕਦੇ, ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ। ਜੀ, ਜੇ ਤਾਂ ਤੁਹਾਨੂੰ ਸ਼ੱਕਰ ਰੋਗ ਹੈ ਤਾਂ ਇਹ ਬਹੁਤੀ ਮਾਤਰਾ ਚ, ਜਿਵੇਂ ਮੈਂ ਦੱਸਿਆ ਵੀ ਤੁਸੀਂ ਨਹੀਂ ਲੈ ਸਕਦੇ, ਦੋ ਹੀ ਵੱਧੋ ਵੱਧ ਲਓਗੇ, ਇਸ ਤੋਂ ਵੱਧ ਕਿਸੇ ਹਾਲ ਚ ਨਹੀਂ। ਤੇ ਬਾਕੀ ਜਿਹੜੇ ਹੋਰ ਚੀਜ਼ਾਂ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਅਫਾਰਾ ਰਹਿੰਦਾ ਹੋਏ, ਐਲਰਜੀ ਰਹਿੰਦੀ ਹੋਵੇ, ਉਹ ਚੀਜ਼ ਜ਼ਰੂਰ ਪਹਿਲਾਂ ਚੈੱਕ ਕਰਕੇ ਫੇਰ ਲੈਣ। ਜਿਨ੍ਹਾਂ ਦੇ ਤੁਸੀਂ ਜੇ ਲੋੜੋਂ ਵੱਧ, ਕਿਉਂਕਿ ਇਹ ਜਿਵੇਂ ਮੈਂ ਦੱਸਿਆ ਕਿ ਇਹ ਨਸਾਂ ਨੂੰ ਭੀੜੀਆਂ ਕਰ ਦਿੰਦਾ, ਸੋ ਲਹੂ ਵਗਦੇ ਚ ਫਾਇਦਾ ਦਿੰਦਾ, ਪਰ ਜੇ ਤੁਸੀਂ ਇਹਨੂੰ ਜ਼ਿਆਦਾ ਮਾਤਰਾ ਚ ਲੈਂਦੇ ਹੋ ਤਾਂ ਸਗੋਂ ਲਹੂ ਵਗ ਵੀ ਸਕਦਾ ਤੇ ਬਹੁਤ ਜ਼ਿਆਦਾ ਸ਼ੱਕਰ ਦੀ ਮਾਤਰਾ ਘਟਾ ਕੇ ਬੇਹੋਸ਼ੀ ਤੱਕ ਹੋ ਸਕਦੀ ਹੈ, ਸਿਵੀਅਰ ਐਲਰਜੀ ਹੋ ਸਕਦੀ ਹੈ। ਸੋ ਸ਼ੱਕਰ ਰੋਗੀਆਂ ਲਈ ਜਿੱਥੇ ਇਹ ਕਰਾਮਾਤੀ ਫਲ ਵੀ ਹੈ, ਰੱਬੀ ਸੁਗਾਤ ਵੀ ਹੈ, ਉੱਥੇ ਵਾਧੂ ਲੈਣ ਚ ਜ਼ਰੂਰ ਨੁਕਸਾਨ ਹੁੰਦਾ। ਆਪਾਂ ਆਮ ਤੌਰ ਤੇ ਜਦੋਂ ਫਾਇਦਾ ਸੁਣਦੇ ਹਾਂ, ਕੋਸ਼ਿਸ਼ ਕਰਦੇ ਹਾਂ ਅੱਜ ਹੀ ਸ਼ਾਇਦ ਠੀਕ ਹੋ ਜਾਵਾਂਗੇ, 10 ਤਾਂ ਖਾ ਹੀ ਲਈਏ, ਤੇ ਉਹਦੇ ਨਾਲੋਂ ਹਮੇਸ਼ਾ ਆਪਾਂ ਸਹਿਜ ਵਿੱਚ ਜਦੋਂ ਚੀਜ਼ ਵਰਤਦੇ ਹਾਂ ਉਹਦਾ ਫਾਇਦਾ ਵੀ ਉਸੇ ਤਰੀਕੇ ਤੇ ਆਉਂਦਾ ਵੀ ਸਹਿਜ ਨਾਲ ਹੈ, ਪਰ ਉਹ ਸਦੀਵੀ ਹੁੰਦਾ ਜੇ। ਸੋ ਇੱਕਦਮ ਕਰਾਮਾਤੀ ਫਰਕ ਨਹੀਂ ਪੈਂਦਾ, ਪਰ ਪਏਗਾ ਜ਼ਰੂਰ। ਤੇ ਜੇ ਵਾਲ ਝੜ ਰਹੇ ਨੇ ਤਾਂ ਮੈਨੂੰ ਲੱਗਦਾ ਹਰਸ਼ਰਨ ਨੂੰ ਤੇ ਮੈਨੂੰ ਹਰਸ਼ਿੰਦਰ ਨੂੰ, ਸਾਨੂੰ ਦੋਨਾਂ ਨੂੰ ਦੁਆਵਾਂ ਦਓਗੇ ਜੇ ਇਹਨੂੰ ਰੈਗੂਲਰ ਤੁਸੀਂ 12 ਹਫ਼ਤੇ ਵਰਤ ਲਓ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਹੋਰ ਮੈਂ ਸਵਾਲ ਪੁੱਛਣਾ ਸੀ, ਜਿਵੇਂ ਉਹੀ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ, ਲੋਕੀ ਕਹਿੰਦੇ ਨੇ ਕਿ ਸਰਦੀ ਦੇ ਵਿੱਚ ਖਾਣੀ ਚਾਹੀਦੀ, ਇਹਨਾਂ ਦੇ ਨਾਲ ਗਰਮੀ ਹੋ ਜਾਂਦੀ ਹੈ, ਸੋ ਜਦੋਂ ਭਿਉਂ ਕੇ ਖਾਂਦੇ ਹਾਂ ਅਸੀਂ ਤਾਂ ਇਹਦੀ ਤਾਸੀਰ ਹੈ ਜਿਹੜੀ ਉਹ ਬਦਲ ਜਾਂਦੀ ਹੈ, ਇਹਨੂੰ ਆਪਾਂ ਗਰਮੀ 'ਚ ਰੈਗੂਲਰ ਲੈ ਸਕਦੇ ਹਾਂ ਪੂਰਾ, ਮਤਲਬ ਮਹੀਨੇ 'ਚ 30 ਦਿਨ ਜਾਂ ਵਿੱਚੋਂ ਕੁਛ ਨਾ ਕੁਛ ਸਕਿੱਪ ਕਰ ਸਕਦੇ ਹਾਂ? ਦੇਖੋ ਜੀ, ਜੇ ਤਾਂ ਤੁਸੀਂ ਰੱਬ ਨੂੰ ਮੰਨਦੇ ਹੋ ਤੇ ਉਹਦਾ ਨਾਂ ਲੈਂਦੇ ਹੋ, ਫਿਰ ਕੀ ਜੇ ਤੁਸੀਂ ਸਰਦੀਆਂ ਗਰਮੀਆਂ ਛੱਡ ਦਿੰਦੇ ਹੋ ਤਾਂ ਵੱਖਰੀ ਗੱਲ ਹੈ। ਵਰਨਾ ਦੇਖੋ ਜੀ, ਹੈ ਹੀ ਰੱਬੀ ਫਲ, ਰੱਬ ਦੀ ਸੁਗਾਤ ਹੈ, ਤੁਰਗਾਂ ਦਾ ਫਲ ਹੈ, ਕਦੇ ਵੀ ਕਿਉਂ ਛੱਡਣਾ ਜੇ? ਇਹਨੂੰ ਸੁਕਾਉਣਾ ਹੀ ਕਿਉਂ ਸੀ? ਜੇ ਆਪਾਂ ਇਹਨੂੰ ਵਰਤਣਾ ਸੀ ਫਿਰ ਤਾਂ ਤਾਜ਼ਾ ਹੀ ਵਰਤਦੇ, ਸੁਕਾਇਆ ਹੀ ਤਾਂ ਜਾਂਦਾ ਜੇ, ਕਿ ਗਰਮੀਆਂ ਸਰਦੀਆਂ ਵਰਤ ਸਕਦੇ ਹਾਂ। ਪਰ ਤਸੀਰ ਦਾ ਜਿਸਨੂੰ ਵੀ ਰੱਤਾ ਮਾਸਾ ਫਰਕ ਪੈਂਦਾ ਹੋਵੇ ਤਾਂ ਤਸੀਰ ਸਾਰੀ ਦੀ ਸਾਰੀ ਤਬਦੀਲ ਹੋ ਜਾਂਦੀ ਜੇ, ਸੋ ਛਕੋ, ਤੰਦਰੁਸਤ ਰਹੋ। ਜੀ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਥੋੜੇ ਟਾਈਮ ਦੇ ਵਿੱਚ ਸਾਨੂੰ ਅੰਜੀਰ ਦੇ ਇੰਨੇ ਜਿਹੜੇ ਗੁਣ ਦੱਸੇ ਨੇ, ਸਵਰਗਾਂ ਦਾ ਫਲ ਹੈ ਜਿਹੜਾ ਤੁਸੀਂ ਕਿਹਾ, ਮੈਨੂੰ ਵੀ ਅੱਜ ਪਤਾ ਲੱਗਿਆ ਕਿ ਸਵਰਗਾਂ ਦਾ ਫਲ ਕਹਿੰਦੇ ਨੇ ਅੰਜੀਰ ਨੂੰ। ਸੋ ਸਵਰਗਾਂ ਦੇ ਫਲ ਨੂੰ ਸਾਰੇ ਖਾਓ, ਤਰੀਕੇ ਨਾਲ ਖਾਓ ਤੇ ਆਪਣੀ ਜ਼ਿੰਦਗੀ ਨੂੰ, ਆਪਣੀ ਸਿਹਤ ਨੂੰ ਵਧੀਆ ਬਣਾਓ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਅਗਲੇ ਹਫ਼ਤੇ ਫਿਰ ਮਿਲਦੇ ਹਾਂ।